वाहे गुरु सतनाम।
गुरु निरपम वाहे गुरु पुरख वाहे गुरु अकाल मूर्ति वाहे गुरु निर्मल वाहे गुरु अकाल मूर्ति वाहे गुरु सपंग वाहे गुरु गुरु प्रसाद जप वाहे गुरु अजूनी सपंग वाहे गुरु गुरु प्रसाद जप वाहे गुरु वाहे गुरु जोगाद सच वाहे गुरु आद सच वाहे गुरु जोगाद सच वाहे गुरु सच नड़क खुशी पी सच वाहे गुरु है पी सच वाहे गुरु खुशी पी सच वाहे गुरु पी सच नानक होसी पी सच वाहे गुरु हैप्पी सच वाहे गुरु होसी पी सच वाहे गुरु एक ओंकार सतनाम करता पुरख निरभउ निर्भय अकाल मूर्ति युनीश्वर गुर प्रसाद जपयाल जुगाद सच हैप्पी सच नानक खुशी पी सच ओंकार सतनाम करता पुरख निरभउ निर्भय अकाल मूर्ति युनीश्वर गुर प्रसाद जपयाल सच जुगाद सच है पी सच रुखोसी पी सच वाहे गुरु गुरु की साजी नवाजी साध गुर चरणा विच आई हुई समूह साध संगत ये दरबार गुरु नानक साहिब दा है इत्थे दर्शन करन वास्ते आउणा है दर्शन देन नहीं आउणा इत्थे सुनन वास्ते आउणा है सरोते बन के सुनाउण वाले बन के नहीं आउणा इत्थे हुक्म चलाउण वाले नहीं बनना हुक्म मनण वाले बनना जेड़े हुक्म चलाउंदे सी ओ खाली रह गए जेड़े मनदे सी ओ लै गए जेड़े भिखारी बन के आए ओ झोलियां भर के लै गए जेड़े वड्डे हो के आए ओ खाली हो गए जेड़े स्रोते बन के आए उन्हां दे शब्द सुरत दे मेल हो गए जेड़े सुनाउंदे ही केवल रहे सुनाउण वास्ते आए उन्हां नूं आख्या तू लोकां नूं उपदेश देना है आप तू करदा नहीं अवर उपदेशे आप ना करे आवत जावत जन्मे मरे एक दुनियावी स्कूल दे विच आउण दी जाण दी बैठण दी मर्यादा है दुनियावी दफ्तर दे विच जाण दी बैठण दी कम करन दी मर्यादा है बैंक दे विच बैंक वाले अपनी ड्यूटी नेम दे नाल जांदे आ सुरां नाल करदे आ ते गुरुद्वारे आउण वाले खेडा बना लैण ते इह तां सोभा नहीं कल बीबिया दे जथे आए इत्थे बहुत दगड़ दगड़ करी जान मैं क्या कल नू टाइम नहीं देना इन्हां नू ना तो इन्हां नू आउण दी मर्यादा दा पता है ना इन्हां नू बैठण दा पता है संगत विच इत्थे सरोते बन के आओ वड्डे बन के ना आवो ते बिल्कुल मर्यादा अनुसार आवो
ਤੇ ਪੂਰਾ ਟਾਈਮ 3 ਵਜੇ ਤਾਈਂ ਜਿਹੜਾ ਜਥਾ 11 ਵਜੇ ਤੋਂ ਪਹਿਲਾਂ ਹਾਜ਼ਰ ਹੋਏਗਾ ਤੇ 3 ਵਜੇ ਤੱਕ ਬੈਠੇਗਾ। 4 ਘੰਟੇ ਦੀ ਜਿਹੜਾ ਹਾਜ਼ਰੀ ਦੇਗਾ ਉਹਨੂੰ ਸਮਾਂ ਦਿੱਤਾ ਜਾਏਗਾ ਜਥੇ ਨੂੰ, ਕਿਉਂਕਿ ਇਹ ਟਾਈਮ ਲਾਈਵ ਪ੍ਰੋਗਰਾਮ ਚੱਲਦਾ 11 ਤੋਂ 4 ਵਜੇ, 3-4 ਵਜੇ ਤੱਕ। ਉਸ ਪ੍ਰੋਗਰਾਮ ਦੇ ਵਿੱਚ ਜਿਹੜੇ ਜਥੇ ਪਿਆਰ ਵਾਲੇ ਵੀ ਹੋਣ ਤੇ ਜਥੇ ਸੋਹਣਾ ਕੀਰਤਨ ਕਰਕੇ ਰੰਗ ਬੰਨਣ ਲਾਈਵ ਪ੍ਰੋਗਰਾਮ 'ਚ, ਉਹਨਾਂ ਦੀ ਹਾਜ਼ਰੀ ਲੱਗੇ ਤੇ ਸੰਗਤਾਂ ਨੂੰ ਰਸ ਵੀ ਆਉਂਦਾ। ਦੂਰ ਦੂਰ ਹਰ ਦੇਸ਼ਾਂ ਪ੍ਰਦੇਸ਼ਾਂ ਵਿੱਚ ਇਹ ਪ੍ਰੋਗਰਾਮ ਚੱਲਦਾ ਹੈ ਤੇ ਜੋ ਵੀ ਮਾਈ ਭਾਈ ਆਵੇ ਇੱਥੇ ਗੇੜਾ ਕੱਢਣ ਨਹੀਂ ਆਉਣਾ। ਇੱਕ ਵਾਰੀ ਅਸੀਂ ਬਾਬਾ ਸੰਤੋਖ ਸਿੰਘ ਜੀ ਕੋਲ ਗਏ, ਜਾਈਦਾ ਤਾਂ ਕਈ ਵਾਰੀ ਸੀ, ਮਹਾਂਪੁਰਖ ਸੀ, ਬੰਦਗੀ ਵਾਲੇ ਸਨ, ਨਾਮ ਜਪਣ ਜਪਾਉਣ ਵਾਲੇ, ਹੱਥੀ ਆਪ ਸੇਵਾ ਕਰਦੇ ਸੀ, ਜੋਤੀ ਸਰੂਪ ਵਾਲੇ। ਪਰ ਮਹਾਤਮਾ ਮਹਾਂਪੁਰਸ਼ ਬੰਦਗੀ ਵਾਲੇ ਕੋਲ ਜਦੋਂ ਵੀ ਤੁਸੀਂ ਜਾਓਗੇ ਬੈਠੋਗੇ ਕੋਈ ਨਾ ਕੁਝ ਮਿਲੇਗਾ, ਤੇ ਜਿਹੜੇ ਖਾਲੀ ਫੋਕੀ ਸ਼ੋਹਰਤ ਵਾਲੇ ਹਨ ਉਹਨਾਂ ਤੋਂ ਤੁਹਾਨੂੰ ਫੋਕੀ ਸ਼ੋਹਰਤ ਤਾਂ ਮਿਲ ਜਾਏਗੀ ਕਿ ਬਣ ਠਣ ਕੇ ਕਿਵੇਂ ਰਹਿਣਾ ਹੈ, ਹੁਕਮ ਕਿਵੇਂ ਚਲਾਉਣੇ ਆ, ਡੇਰੇ ਕਿਵੇਂ ਚਲਾਉਣੇ ਆ, ਸੋਭਾ ਆਪਣੀ ਕਿਵੇਂ ਬਣਾਉਣੀ ਹੈ, ਉਹਨਾਂ ਤੋਂ ਭਗਤੀ ਵਾਲਾ ਗੁਣ ਨਹੀਂ ਮਿਲਦਾ। ਉਹਨਾਂ ਨੇ ਸਾਰੇ ਕੰਮ ਡੇਰਿਆਂ ਦੇ ਸਿਆਣਪਾਂ ਨਾਲ ਕੀਤੇ ਹੁੰਦੇ, ਸਿਆਣੇ ਬਣ ਬਣ ਕੇ ਉਹਨਾਂ ਨੇ ਭਗਤੀ ਕਰ ਕਰਕੇ ਬਾਲਾ ਫੇਰ ਫੇਰ ਕੇ ਡੇਰਿਆਂ ਦੀ ਮਰਿਆਦਾ ਨਹੀਂ ਬਣਨੀ ਹੁੰਦੀ। ਉਹਨਾਂ ਨੇ ਗੁਰੂ ਦੇ ਭਰੋਸੇ ਤੇ ਡੇਰੇ ਨਹੀਂ ਬਣਾਏ, ਉਹਨਾਂ ਚਤਰਾਈ ਨਾਲ ਮਾਇਆ ਇਕੱਠੇ ਕਰਕੇ ਡੇਰੇ ਬਣੇ। ਜਿਨ੍ਹਾਂ ਨੇ ਡੇਰੇ ਆਪਣੇ ਗੁਰੂ ਦੇ ਭਰੋਸੇ ਤੇ ਰੱਖੇ, ਮਾਇਆ ਦੇ ਬੋਹ ਲੋਭ ਤਿਆਗੇ, ਨਾਮ ਜਪਣ ਵਾਲਿਆਂ ਨੂੰ ਬਾਬਾ ਨੰਦ ਸਿੰਘ ਜੀ ਨੇ ਪਹਿਲੀ ਗੱਲ ਤਾਂ ਡੇਰਾ ਬੰਨਿਆ ਨਾ। ਜਦੋਂ ਨਾਨਕ ਸਰ ਡੇਰਾ ਬਣਾਇਆ ਇੱਕ ਥਾਂ ਦੇ ਬਿਰਦ ਉਮਰਾਂ ਦੇ ਵਿੱਚ, ਇੱਕ ਲਿਖ ਕੇ ਬੋਰਡ ਲਾ ਤਾ, ਕਹਿੰਦੇ ਗੁਰਮੁਖਾਂ ਨੂੰ ਕਹਿੰਦੇ ਵੀ ਨਾਨਕ ਸਰ ਦੇ ਬਾਹਰ ਇੱਕ ਗੇਟ ਦੇ ਕੋਲ, ਗੇਟ ਤਾਂ ਹੈ ਨਹੀਂ ਸੀ ਉਦੋਂ, ਵਾੜ ਕੰਡਿਆਂ ਦੀ ਕੰਧ, ਤੇ ਜਿਹੜੀ ਦਰਵਾਜ਼ਾ ਲੱਗਣ ਵਾਲਾ ਸੀ ਉਹ ਫੱਟੀਆਂ ਦਾ, ਡੰਡਿਆਂ ਦਾ, ਰੱਸੀਆਂ ਨਾਲ ਬੰਨਿਆ ਹੋਇਆ ਗੇਟ ਸੀ। ਸਾਦਗੀ ਵਾਲੇ ਮਹਾਂਪੁਰਖਾਂ ਦੇ ਅੰਦਰ ਪਰਮੇਸ਼ਰ ਦੀ ਪ੍ਰੀਤ ਹੁੰਦੀ ਏ, ਉਹਨਾਂ ਨੂੰ ਬਹੁਤੇ ਦਿਖਾਵੇ ਨਾਲ ਨੇ। ਇੱਕ ਉੱਥੇ ਫੱਟਾ ਲਿਖ ਕੇ ਲਾ ਦਿੱਤਾ ਜਿਹਦੇ ਉੱਤੇ ਲਿਖਿਆ ਸੀ ਆਓ ਜੀ ਜੀ ਆਇਆਂ ਨੂੰ। ਇੱਕ ਇੱਕ ਗੱਲ ਖਿਆਲ ਨਾਲ ਸੁਣਿਓ, ਮਹਾਂਪੁਰਖ ਬੰਦਗੀ ਵਾਲੇ ਨੇ ਲਿਖਾਇਆ, ਉਹਦੇ ਉੱਤੇ ਲਿਖਿਆ ਸੀ ਆਓ ਜੀ ਜੀ ਆਇਆਂ ਨੂੰ, ਜਿੰਨੇ ਕਦਮ ਰੱਖੇ ਸਿਰ ਮੱਥੇ, ਜਿਨ੍ਹਾਂ ਰਾਹਾਂ ਤੋਂ ਆਏ ਉਹਨਾਂ ਰਾਹਾਂ ਦੇ ਸਿਰ। ਇਹ ਸਾਧੂਆਂ ਦੀ ਬੰਦਗੀ ਕਰਨ ਵਾਲਾ ਸਥਾਨ ਹੀ, ਜੇ ਕਿਸੇ ਨੇ ਬੰਦਗੀ ਕਰਨੀ ਇੱਥੇ ਰਹੋ, ਇਹ ਜੰਗਲ ਦਾ ਮਾਮਲਾ ਹੈ, ਇੱਥੇ ਖਾਣ ਤੇ ਜੇ ਕਿਸੇ ਬੰਦਗੀ ਕਰਨੀ ਹੈ ਇੱਥੇ ਰਹੋ, ਜੇ ਕਿਸੇ ਖਾਣਾ ਹੈ ਆਉਣਾ ਹੈ, ਨਾਲ ਦੇ ਪਿੰਡ ਵਿੱਚ ਸੰਗਤਾਂ ਸੇਵਾ ਸੰਭਾਲ ਕਰਦੀਆਂ, ਕਲੇਰਾਂ ਪਿੰਡ 'ਚ, ਉੱਥੇ ਜਾਣ ਦੀ ਕਿਰਪਾ ਕਰੋ। ਇੱਥੇ ਜਿਹੜਾ ਵੀ ਸਥਾਨ 'ਤੇ ਆਵੇ ਕੇਵਲ ਨਾਮ ਹੀ ਕਰੇ, ਬਾਹਰਲੀ ਗੱਲ ਨਹੀਂ ਕਰਨੀ, ਅਖਬਾਰ ਕਿਸੇ ਪੜ੍ਹਨਾ ਨਹੀਂ, ਸਿਆਸੀ ਲੀਡਰ ਦੀ ਕੋਈ ਸਿਆਸਤ ਦੀਆਂ ਗੱਲਾਂ ਨਹੀਂ ਕਰਨੀਆਂ। ਇਹ ਸਾਧੂਆਂ ਦੀ ਬੰਦਗੀ ਵਾਲਾ ਸਥਾਨ ਹੈ, ਜਿਹਨੇ ਕੇਵਲ ਨਾਮ ਜਪਣਾ ਇੱਥੇ ਰਵੇ, ਜਿਹਨੇ ਕੋਈ ਹੋਰ ਕਾਰਜ ਦੀ ਜਿਹਦੇ ਅੰਦਰ ਇੱਛਾ ਹੈ, ਇੱਥੇ ਕੋਈ ਵਰ ਨਹੀਂ, ਕੋਈ ਸਰਾਪ ਨਹੀਂ, ਕੋਈ ਪੁੱਤਰ ਨਹੀਂ, ਕੋਈ ਧੀ ਨਹੀਂ, ਕਿਸੇ ਨੂੰ ਵਰ ਨਹੀਂ, ਕਿਸੇ ਨੂੰ ਸਰਾਪ ਨਹੀਂ, ਇਹ ਕੇਵਲ ਭਗਤੀ ਦਾ ਸਥਾਨ ਹੈ। ਆਖੋ ਸ੍ਰੀ ਵਾਹਿਗੁਰੂ। ਜਿੰਨਾ ਇਕੱਠ ਕਰਨੇ ਹੁੰਦੇ ਨੇ,
ਕਹਿੰਦੇ ਆਓ ਤੁਹਾਨੂੰ ਪੁੱਤਰ ਵੀ ਮਿਲਣਗੇ, ਧੀਆਂ ਵੀ ਮਿਲਣਗੀਆਂ, ਮਾਇਆ ਵੀ ਮਿਲਣਗੀ, ਕਾਰੋਬਾਰ ਵੀ ਮਿਲਣਗੇ, ਆਓ ਤੁਸੀਂ ਸਾਡੇ ਕੋਲ। ਤੇ ਬੰਦਗੀ ਵਾਲੇ ਮਹਾਂਪੁਰਖ ਲਾਉਂਦੇ ਪਏ ਨੇ, ਇੱਥੇ ਕੋਈ ਵੱਧ ਸਰਾਪ ਨਹੀਂ, ਇੱਥੇ ਭਗਤੀ ਹੈ। ਆਖੋ ਸ੍ਰੀ ਇਸ ਕਰਕੇ ਬੰਦਗੀ ਵਾਲਾ ਹੈ ਤੇ ਨਾਮ ਜਪਣ ਦਾ ਹੀ ਬੇੜਾ ਬਣਿਆ ਹੈ। ਇਸ ਬੇੜੇ 'ਚ ਆਣ ਕੇ ਅਸੀਂ ਖੱਲਣ ਨਹੀਂ ਪਾਉਣਾ ਕਿ ਬਣ ਬਣ ਕੇ ਸਾਡੀ ਆਸ ਸੈਡੀ ਸਾਡੀ ਆਸ ਸਾਡਾ ਆ ਜਥਾ ਜਥੇ ਪਿਆਰੇ ਕੀਰਤਨ ਵਾਲੇ ਆਉਂਦੇ ਨੇ, ਸਾਰੀ ਸਾਰੀ ਰਾਤ ਸਾਰਾ ਸਾਰਾ ਦਿਨ ਬੈਠੇ ਰਹਿੰਦੇ ਆ। ਕੋਈ ਇਹਨਾਂ ਨੂੰ ਮਾਇਆ ਨਹੀਂ ਦੇਣੀ, ਇਹ ਪਿਆਰ ਨਾਲ ਹਾਜ਼ਰੀਆਂ ਭਰਦੇ ਆ, ਸ਼ਰਧਾ ਨਾਲ। ਇਸ ਕਰਕੇ ਜਿਹੜੇ ਜਥੇ, ਇਹ ਬੇਨਤੀ ਹੈ, ਜਿਹੜੇ ਜਥੇ ਪਹਿਲੋਂ 11 ਵਜੇ ਤੋਂ ਆਉਣਗੇ, ਚਾਰ ਵਜੇ ਤਾਈਂ ਬੈਠਣਗੇ, ਉਹਨਾਂ ਨੂੰ ਜੀ ਆਇਆਂ ਨੂੰ, ਬਾਕੀ ਜਿਨ੍ਹਾਂ ਨੇ ਆਉਣਾ ਜਾਣਾ ਦਰਸ਼ਨ ਕਰਨੇ ਆ, ਖੁੱਲ੍ਹੇ ਦਰਵਾਜ਼ੇ ਆ, ਲੰਗਰ 24 ਘੰਟੇ ਚੱਲਦਾ ਹੈ, ਆਵੋ ਦਰਸ਼ਨ ਦੀਦਾਰੇ ਕਰੋ, ਜਲ ਪਾਣੀ ਲੰਗਰ ਛਕੋ, ਅਤੇ ਆਪਣੀ ਤੁਹਾਡੀਆਂ ਜ਼ਿੰਮੇਵਾਰੀਆਂ ਹੁੰਦੀਆਂ ਨੇ, ਇਸ ਕਰਕੇ ਆਪਣੀਆਂ ਜ਼ਿੰਮੇਵਾਰੀਆਂ ਨਿਭਾਓ। ਇਸ ਸੰਗਤ ਵਿੱਚ ਉਹੋ ਹੀ ਆਵੇ ਜਿਹੜਾ ਰਸੀ ਆਏ। ਮਹਾਂਪੁਰਖ ਬਾਬਾ ਖੇਮ ਸਿੰਘ ਜੀ ਨੇ ਬੈਨ ਲਾ ਤਾ, ਕਿਸੇ ਬੀਬੀ ਨੇ ਬੱਚੇ ਵਾਲੀ ਬੀਬੀ ਨੇ ਸੁਖਮਣੀ 'ਚ ਨਹੀਂ ਆਉਣਾ, ਜੇ ਆਉਣਾ ਇੱਥੇ ਤਾਂ ਉਹ ਕਮਰੇ 'ਚ ਰਹਿ ਕੇ ਸੁਖਮਣੀ ਪੜ੍ਹੇ ਬੱਚੇ ਨੂੰ ਗੋਦੀ 'ਚ ਲੈ ਕੇ, ਕਿਉਂਕਿ ਬੱਚੀ ਕਿਰਿਆ ਕੁਝ ਹੋਰ ਹੈ, ਸਾਧ ਸੰਗਤ ਦੀ ਕਿਰਿਆ ਕੁਝ ਹੋਰ ਹੈ। ਬੱਚੇ ਨੂੰ ਗੋਦੀ 'ਚ ਲੈ ਕੇ ਬੀਬੀ ਪਾਠ ਕਰੇਗੀ, ਉਹਦੇ ਕਰਮ ਬਦਲਣਗੇ, ਮਾੜੇ ਮਿੱਟ ਜਾਣਗੇ, ਚੇਤੇ ਲਿਖੇ। ਸੰਗਤ ਵਿੱਚ ਆਉਣਾ ਹੈ, ਬੱਚੇ ਵਾਲੀ ਬੀਬੀ ਨੇ ਸਭ ਤੋਂ ਪਿੱਛੇ ਹੋ ਕੇ ਬੈਠਣਾ ਹੈ ਤੇ ਅੱਗੇ ਸੰਗਤ ਵਿੱਚ ਨਹੀਂ ਬੈਠਣਾ। ਮੈਂ ਮਹਾਂਪੁਰਖਾਂ ਦੇ ਸੂਲ ਸੀ, ਜਿਹਨੇ ਆਉਣਾ ਹੈ ਜਦੋਂ ਸੁਣੀ ਸੀ ਦਾ ਪਾ ਕਰ ਲਓ, ਇੱਕ ਕਰ ਲਓ, ਪਰ ਉਸ ਸਮੇਂ ਸੰਗਤ ਦੇ ਜੁੜੇ ਹੋਏ ਮਨ ਨੂੰ ਨਹੀਂ ਤੋੜਨਾ। ਜਿੱਥੇ ਜੋੜਨ ਯਤਨ ਨੇ ਉੱਥੇ ਤੋੜਨ ਤੋਂ ਰੋਕਣਾ ਹੈ, ਤੋੜਨ ਵਾਲਾ ਕੰਮ ਕਰਨਾ। ਬਾਬਾ ਜੀ ਨੇ ਇੱਧਰ ਉੱਧਰ ਦੀਵਾਨ ਲਾਉਣੀ, ਸਾਡੇ ਇਲਾਕੇ ਵਿੱਚ ਮਹਾਂਪੁਰਸ਼ ਗਏ ਮੇਰੇ ਬਾਪੂ ਜੀ ਦੱਸਦੇ, ਅਤੇ ਉਸ ਇਲਾਕੇ ਦੇ ਵੱਡੇ ਸਰਦਾਰ ਸਨ ਜ਼ਮੀਨਾਂ ਵਾਲੇ, ਜਿਨ੍ਹਾਂ ਕੋਲ ਕਿੱਲਿਆਂ ਦੇ ਹਿਸਾਬ ਨਾਲ ਆਪਾਂ ਗਿਣਦੇ ਹਾਂ ਵੀ 5-10 ਕਿੱਲੇ ਇਹਦੇ ਕੋਲ ਜ਼ਮੀਨ, 90 ਦੇ ਹਿਸਾਬ ਨਾਲ ਗਿਣਤੀ ਹੁੰਦੀ ਸੀ ਕਿ ਇਹ ਸਰਦਾਰ ਕੋਲ 10 ਮਰੱਬੇ ਜ਼ਮੀਨ ਹੈ, 25 ਕਿੱਲਿਆਂ ਦਾ 1 ਮਰੱਬਾ ਬਣਦਾ। ਉੱਥੇ ਕਿੰਨੀ ਗਿਣਦੇ ਸੀ, ਥਾਵਾਂ 'ਤੇ ਕਣਾ ਗਿਣਦੇ ਆ ਕਿ ਇਹਦੇ ਕੋਲ ਇੰਨੀਆਂ ਕਣਾਲਾ ਜ਼ਮੀਨ ਹੈ। ਜਿੱਥੇ ਕੁਝ ਵੱਡੇ ਜ਼ਿਮੀਂਦਾਰ ਨੇ ਉਹ ਕਿੱਲੇ ਗਿਣਦੇ ਆ, 10 ਕਿੱਲਾ ਮਾਰ ਕੇ 20 ਕਿੱਲਾ। ਉਹ ਸਾਡੇ ਇਲਾਕੇ 'ਚ ਜ਼ਮੀਨਾਂ ਅਲਾਟ ਹੋਈਆਂ ਸੀ, ਨਵੇਂ ਬੱਝੇ ਸਨ, ਅਤੇ ਉੱਥੇ ਸਰਦਾਰਾਂ ਦੀਆਂ ਟਿੱਬੀਆਂ ਸੀ, ਪਿੰਡ ਸੀ ਜਿਹਦੇ ਵਿੱਚ ਬਹੁਤ ਤਰ੍ਹਾਂ ਦੇ ਬੂਟੇ ਲਾਏ ਸਨ ਸਰਕਾਰ ਨੇ, ਜੰਗਲ ਬਣਾਇਆ ਸੀ ਜੰਗਲ ਵਾਂਗੂ। ਉਹ ਬਾਬਾ ਜੀ ਨੂੰ ਪਸੰਦ ਸੀ ਬੰਦਗੀ ਕਰਨ ਵਾਸਤੇ, ਜਦੋਂ ਉੱਥੇ ਜਾਣਾ ਤੇ ਸਰਦਾਰ ਮਰਬਿਆਂ ਦੇ ਮਾਲਕ, 10 ਮਰੱਬੇ ਹੋਏ ਤੇ ਕਿੰਨੀ ਜ਼ਮੀਨ ਬਣ ਗਈ, 250 ਕਿੱਲਾ।
किसी के दस मुरबे जमीन, किसी के भी मुरबे, किसी के तीह मुरबे, पंजा मुरबे जमीन सरदार सी, सरदारियां ते माण सी। बाबा जी हर एक नूं राय पाउंदे सी, कहिंदे सी ये जिहड़े उन्ना वाले पिछले पुण करके अज जमीना जायदादां कोठियां महल कर मिले आ, जे इहनूं साधु दी संगत मिल जे गुरु दा नाम सोने दे पुन्ना वाले ने, पुन्ना वालियां नूं ये सुख मिले हुए ने रब दे दित्ते। पर जे हुण फिर पुण करनगे गुरु दे बन के रहणगे अगे फिर इसे तरह ही सुखी होण होएगा, अमीर होणगे। ये पुन्ना वाले आ, ये उपदेश भी जल्द समझणगे। पूर्व जन्म हम तुम्हारे सेवक, सारे सरदारा ने होना पर सरदार सी उन्हें अंदर, और पिछो ते बैना संगत। बाबा जी कहते भी ये गलत है, सरदार ने माया ये ताने इतने भावे कोई गरीब सिख बैठा है उन्हों मार देने गोड़े कर दे, ये तो बेअदबी है। कहते रस्सियां बन दो, जेड़ा ता कीर्तन दे विच शामी छे बजे आया है वह इस रस्सी विच बैठेगा, सत बजे आला उस तो पिछली रस्सी, जेड़ा सब तो आया है पिछे बैठेगा। असी बहुत देर पहलों जबलपुर दे विच समागम रखिया कि संगतां नूं नितनेम जप तप वंडण है सारी नूं, माड़ा देंगे नाल सिमरन देंगे भी इन्ना इन्ना करो, ते नाल असी फिर दो महीनिया बाद आण के अरदास करांगे, तुहाडे सिमरन की गिनती लवांगे, ना तुहानू प्रसाद कोई सरोपा शील्ड देंगे। मुख हैगा सी कि संगतां सिमरन करन, पाठ करन। ते मैं उत्थे पुछ लिया किसी ग्रंथी नूं, साहब केड़े आ, कहिंदा जी जिहड़े सब तो बाद जाए ते आकड़ नाल आउंदे होणगे उन्हां दा जजमेंट कर लिओ वी इह प्रधान साहब ही। जिहड़े सब तो बाद विच आउणगे ना ते इधर उधर वेखदे आउंदे होणगे, आकड़ नाल आउंदे होणगे, हाथ भी नहीं जुड़े होणगे, उन्हां दा तुहानूं पता लग जाएगा भी प्रधान साहब आ रहे हैं, क्योंकि हर श्रद्धालु ता हाथ जोड़ के निम्रता नाल गुरु दे आण च ते जिहड़ा प्रबंध के उन्हें दा प्रबंध वेखना ना सज्जे खब्बे। पर जदों आउणा है दासा भाव गरीबी चाओ, जेडे प्रधान प्रबंधक भी ने गुरद्वारिया दे वो भी जदों आउण दाड़े खुले होण, निर्मस्तर पाए होण, संगत विच आण के बैठन निम्रता गरीबी नाल, सतगुरु उन्हां दीआं प्रधानगियां नूं परवाहे। गुरसिख बन के आउण, सेवादार बन के आउण, दास बन के संगत दे प्रबंध करन, जथियां दे प्रबंध करने कोई सौखे नहीं होंदे। बड़ा सरदार सुधार आउंदा है, बहुत बेअदबियां होईआं सी द्वारा सुधार लैण चले, उन्दे च प्रबंधकी ढांचे बने, प्रबंधक बने। अज असी उन्हां गुरुद्वारिआं दे रूप रंग बड़े सोहणे देख रहे हां, स्कूल चलदिआं गुरुद्वारिआं दे कथा कीर्तन दे गुरु साहिब दीआं मर्यादा चलदीआं, इह कादे नाल इह प्रबंधकी ढांचे दा
श्रोम गुरुद्वारा प्रबंधक कवि बनी, गुरुद्वारा सुधार आगे चुका है।
ਸੇਵਕ ਨੇ ਆਖਿਆ ਜੀ 85,000 ਰੁਪਈਆ ਸੰਗਤਾਂ ਵੱਲੋਂ ਗੋਲਕਾਂ ਦੇ ਮਾਇਆ ਸੇਵਾ ਆਈ ਹੈ ਬਰਸੀ ਬਰਸੀ ਚ 65,000 ਖਰਚ ਹੋਇਆ ਮਰਸ਼ ਨੀਵੀ ਪਾ ਕੇ ਮੱਥੇ ਨੂੰ ਕਹਿਣ ਲੱਗੇ ਮਨਾਈ ਬਾਜੀ ਦੀ ਕਿ ਮਾਇਆ ਇਕੱਠੀ ਕੀ ਇਹ ਤਾਂ ਆਪਾਂ ਲੋਭੀ ਹੋ ਗਏ ਇਹ ਤਾਂ ਲਾਲਚ ਆ ਗਿਆ ਕਹਿੰਦੇ ਸੇਵਾਦਾਰਾਂ ਨੂੰ ਕਹਿੰਦੇ ਵੀ ਜਿੰਨੀਆਂ ਨੇ ਬੰਦ ਦਿਓ ਚੱਕ ਦਿਓ ਤੇ ਡਾਂਗਾਂ ਵਾਲੇ ਨਹੀਂ ਟੇਕਣਾ ਆਖੋ ਸੀ ਕੋਈ ਪ੍ਰਸ਼ਾਦ ਚੜਾ ਆਪਣੀ ਦੇਣੀ ਦਸਵੰਧ ਦੇਵੇ ਯਾਰ ਘਾਟਾ ਖਾ ਲਿਆ ਅਸੀਂ ਤਾਂ ਮਹਾਂਪੁਰਖਾਂ ਦੀ ਬਰਸਾਈ ਹੋ ਗਏ ਹਾਂ ਸਮਝਿਆ ਜੇ ਕੋਲ ਲੱਗਦੇ ਤੇ ਅਸੀਂ ਬਰਸੀ ਨੂੰ ਕਰਦੇ ਇਵੇਂ ਆ ਜਿਹੜੇ ਗੁਰਸਿੱਖ ਅੱਗੇ ਹੋ ਕੇ ਲੱਗਣ ਕਰਜਾਈ ਹੋਣ ਕੋਲੋਂ ਲਾਉਣ ਆਪਣਾ ਵੀ ਹਿੱਸਾ ਕੀਤੀ ਕਿ ਇਹ ਤਾਂ ਸਾਨੂੰ ਲੋਭ ਪੈਣਾ ਸ਼ੁਰੂ ਹੋ ਜਾਏਗਾ ਲਾਲਚ ਪੈਣਾ ਸ਼ੁਰੂ ਹੋ ਜਾਏਗਾ ਅਸੀਂ ਘਾਟਾ ਖਾ ਰਹੇ ਹਾਂ ਉਹਨਾਂ ਨੇ ਗੋਲ ਬੰਦ ਕਰਾ ਗੁੜਾ ਕਾ ਗਾਹਕ ਨਾਨਕਾ ਵਿਰਲਾ ਕੋਈ ਹੋਏ ਕਿ ਨਾਮ ਧਨ ਦੇ ਗਾਹਕ ਗੁਣਾ ਦੇ ਬਣੋ ਨਹੀਂ ਇਕੱਠ ਕਰਨੇ ਸ਼ੁਰੂ ਕਰ ਦਿਓ ਕਰਨੇ ਸ਼ੁਰੂ ਕਰ ਦਿਓ ਜੀ ਉਹਨੂੰ ਵੀ ਬੁਲਾ ਲਓ ਉਹਨੂੰ ਵੀ ਬੁਲਾ ਲਓ ਇਹਦੇ ਨਾਲ ਉਹ ਆ ਜਾਏਗਾ ਇਹਦੇ ਨਾਲ ਆਹ ਪਾਸਾ ਕਵਰ ਹੋ ਜਾਏਗਾ ਇੰਨਾ ਰੋਣ ਨਾਲ ਆਹ ਕਵਰ ਹੋ ਜਾਏਗੀ ਇੱਕੋ ਮਾਲਕ ਨੂੰ ਕਵਰ ਕਰ ਲਈਏ ਸਾਰੇ ਵਿਚਾਰ ਸਾਡਾ ਸਭ ਥਾਂ ਅਸੀਂ ਸਾਰੇ ਸਿੰਘ ਸਾਹਿਬਾਨਾਂ ਦੀ ਬਹੁਤ ਕਦਰ ਕਰ ਹੁਕਮੇ ਮਹਾਂਪੁਰਖਾਂ ਦਾ ਨਾਮ ਜਪਣ ਵਾਲਿਆਂ ਦੀ ਵੀ ਕਦਰ ਗੁਣੀਆਂ ਗੀਆਂ ਪ੍ਰਾਰਕਾਂ ਦੀ ਵੀ ਸਸੈਣੀਆਂ ਜਥੇਬੰਦੀਆਂ ਨਾਮ ਜਪਣ ਵਾਲਿਆਂ ਦੀ ਵੀ ਕਦਰ ਗੁਣੀਆਂ ਗੀਆਂ ਪ੍ਰਾਰਕਾਂ ਦੀ ਵੀ ਉਹਨਾਂ ਨੂੰ ਬੇਨਤੀ ਕਰੀਦੀ ਮਹਾਰਾਜ ਆਓ ਜੀ ਆਇਆਂ ਨੂੰ ਤੇ ਇੱਥੇ ਉੱਥੇ ਦਿੱਲੀ ਸਮਾਗਮ ਸੀ ਦਿੱਲੀ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਅਸੀਂ ਉਸਨੂੰ ਬਣਿਆ ਇਸ ਸਟੇਜ 'ਤੇ ਕਿਸੇ ਨੂੰ ਸਿਰੋਂ ਪਾਉਣ ਨਹੀਂ ਦੇਣਾ ਤੁਸੀਂ ਦਿੱਲੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਕਿਤੇ ਨਾ ਇਹ ਨਾ ਸਮਝਣਾ ਕਿ ਇਹ ਕਿਸੇ ਹੋਰ ਪੱਖ 'ਚ ਨਹੀਂ ਅਸੀਂ ਨਾ ਸਿਰੋਪਾ ਸਟੇਜ 'ਤੇ ਲੈਂਦੇ ਹਾਂ ਨਾ ਦੇ